ਜਿਵੇਂ ਭਾਜੀ ਤੁਸੀਂ ਜਦੋਂ ਅਸੀਂ ਆਏ ਸੀ ਤਾਂ ਸ਼ੁਰੂਆਤ ਚ ਦੱਸ ਰਹੇ ਸੀ ਵੀ ਪੂਰੀਆਂ ਚਿੱਠੀਆਂ ਦੇ ਢੇਰ ਚੋਂ ਤੁਸੀਂ ਇਹਨਾਂ ਨੂੰ ਲੱਭਿਆ ਹੋਇਆ ਹੈ ਨਾ ਤਾਂ ਉਹ ਮੈਂ ਚਾਹੁੰਦੀ ਆ ਕਿ ਉਹ ਗੱਲ ਤੁਸੀਂ ਦੱਸੋ ਕਿ ਤੁਹਾਡਾ ਰਿਸ਼ਤਾ ਕਿਵੇਂ ਹੋਇਆ ਭੈਣ ਜੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਬੜੀ अर्ਲੀ ਜੌਬ ਚ ਆ ਗਿਆ ਸੀਗਾ ਜੌਬ ਚੋਂ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਚ ਅੱਜਕੱਲ੍ਹ ਰਹਿ ਰਹੇ ਨੇ ਡਾਕਟਰ ਦੀਪਕ ਮਨਮੋਹਨ ਸਿੰਘ ਹਾਂਜੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਂ ਉਹਨਾਂ ਦੀ ਪਰਸਨੈਲਿਟੀ ਤੋਂ ਬੜਾ ਪ੍ਰਭਾਵਿਤ ਸੀ ਕਿ ਸਵੇਰੇ ਉਸ ਬੰਦੇ ਨੇ ਉਹਨਾਂ ਦਿਨਾਂ 'ਚ ਪਟਿਆਲੇ ਹੋਣਾ ਜਾਂ ਚੰਡੀਗੜ੍ਹ ਹੋਣਾ ਸ਼ਾਮ ਨੂੰ ਉਹ ਬੰਦਾ ਬੰਬੇ ਤੋਂ ਮੈਨੂੰ ਫੋਨ ਕਰਦਾ ਸੀ ਤੇ ਮੈਨੂੰ ਲੱਗਣਾ ਵੀ ਵਿਆਹ ਵਾਲਾ ਕੰਮ ਤਾਂ ਔਖਾ ਜਿਹਾ ਸੋ ਮੈਂ ਇੱਕ ਮੰਚ ਆਪਣੇ ਆਪ 'ਚ ਇੱਕ ਬਿਲਡ ਕਰਨਾ ਸ਼ੁਰੂ ਕਰਤਾ ਕਿ ਮੈਂ ਬਿਨਾਂ ਵਿਆਹ ਤੋਂ ਰਵਾਂਗਾ ਹਾਂਜੀ 1994 ਚ ਪਹਿਲੀ ਵਾਰ ਅਸੀਂ ਕੈਨੇਡਾ ਗਏ ਮੇਰੇ ਨਾਨੀ ਜੀ ਠੀਕ ਨਹੀਂ ਸੀ ਮੇਰੇ ਸਾਰੇ ਨਾਨਕੇ ਉੱਥੇ ਨੇ ਤਾਂ ਉੱਥੇ ਮੇਰੇ ਮਾਮਾ ਜੀ ਨੇ ਮੈਨੂੰ ਜ਼ੋਰ ਪਾਇਆ ਕਿ ਮੇਰਾ ਵਿਆਹ ਨਹੀਂ ਸੀ ਹੋਇਆ ਕਿ ਤੇਰਾ ਇੱਥੇ ਅਸੀਂ ਕੋਈ ਵਿਆਹ ਕਰ ਲੈਨੇ ਆਂ ਵੈਸੇ ਜਿਵੇਂ ਤੁਹਾਨੂੰ ਪਤਾ ਕਿ ਅੱਜਕੱਲ ਕਾਫੀ ਇਸ ਚੀਜ਼ ਦਾ ਹੈ ਮੈਂ ਕਿਹਾ ਕਿ ਨਹੀਂ ਵਿਆਹ ਦਾ ਮਤਲਬ ਮੈਂ ਉਹ ਉਹ ਮੈਨੂੰ ਚੀਜ਼ ਝੰਡੋੜ ਗਈ ਕਿ ਵਿਆਹ ਦਾ ਤਾਂ ਮਤਲਬ ਕੁਝ ਹੋਰ ਹੁੰਦਾ ਵਿਆਹ ਦਾ ਮਤਲਬ ਹੁੰਦਾ ਕਿ ਆਪਸੀ ਮਾਨਸਿਕ ਤੌਰ ਤੇ ਤੇ ਸਾਰੇ ਤਰੀਕੇ ਨਾਲ ਦੋ ਜਿਹੜੀਆਂ ਰੂਹਾਂ ਨੇ ਉਹ ਮਿਲਦੀਆਂ ਨੇ ਮੈਂ ਤਾਂ ਉਹਨੂੰ ਹੀ ਵਿਆਹ ਸਮਝਦਾ ਸੀ ਪਰ ਕਿਉਂਕਿ ਉੱਥੇ ਜਾ ਕੇ ਮੈਂ ਦੇਖਿਆ ਕੈਨੇਡਾ ਵਗੈਰਾ ਚ ਇਸ ਟਾਈਪ ਦਾ ਸਿਸਟਮ ਸੀ ਤਾਂ ਮੈਂ ਉੱਥੇ ਫਿਰ ਸੋਚਿਆ ਵੀ ਨਹੀਂ ਹੋਣਾ ਤਾਂ ਇੰਡੀਆ ਜਾ ਕੇ ਵਿਆਹ ਕਰਾ ਲੈਣਾ ਇੰਡੀਆ ਮੈਂ ਆਇਆ ਮੇਰੇ ਮਦਰ ਤੇ ਮੇਰਾ ਬ੍ਰਦਰ ਉਹ ਲੇਟ ਆਉਣਾ ਸੀ ਉਹਨਾਂ ਨੇ ਕਿਉਂਕਿ ਮੇਰੀ ਜੌਬ ਸੀ ਉਹਨਾਂ ਦੀ ਸਭ ਤੋਂ ਪਹਿਲਾਂ ਮੈਂ ਡਾਕਟਰ ਦੀਪਕ ਨੂੰ ਐਲਾਨ ਕੀਤਾ ਵੀ ਮੈਂ ਤਾਂ ਵਿਆਹ ਕਰਾਉਂਗਾ। ਔਰ ਉਸ ਬੰਦੇ ਦੀ ਇਸ ਵੇਲੇ ਪਿੱਟ ਸੁਣਦੀ ਆ ਉਹ ਕਹਿੰਦਾ ਕਿ ਵਨ ਸ਼ੁਡ ਗੈਟ ਮੈਰਿਡ। ਦੇਖੋ ਆ ਆਪਣਾ ਉਸ ਬੰਦੇ ਦਾ ਤਜਰਬਾ ਸੀ। ਅਜੇ ਇਹ ਪਿੱਛੇ ਸੀ ਮੇਰੇ ਮਦਰ ਹੋਣੀ ਤੇ ਮੈਂ ਟ੍ਰਿਬਿਊਨ 'ਚ ਇਸ਼ਤਿਹਾਰ ਦੇਤਾ। ਹਾਂਜੀ। ਕਿ ਸੋ ਐਂਡ ਸੋ ਸੋ ਐਂਡ ਸੋ ਜਿਵੇਂ ਹੁੰਦਾ ਜੀ। ਤਾਂ ਜਦੋਂ ਉਹ ਆਏ ਤਾਂ ਕਾਫੀ ਉਹ ਪੋਸਟ ਬਾਕਸ ਦੀਆਂ ਲੈਟਰਸ ਇਕੱਠੀਆਂ ਭੇਜ ਦਿੰਦੇ ਸੀ ਉਹ ਕਾਫੀ ਲੈਟਰਸ ਆਈਆਂ ਹੋਈਆਂ। ਫੇਰ ਕਹਿ ਲੋ ਕਿ ਜਿੱਥੇ ਤੁਹਾਡੇ ਸੰਜੋਗ ਲਿਖੇ ਹੁੰਦੇ ਨੇ ਹਾਂਜੀ ਹਰ ਇੱਕ ਚੀਜ਼ ਫੇਰ ਉਸ ਰਾਹੀਂ ਚੱਲਦੀ ਆ ਸੋ ਉਹ ਸੰਜੋਗ ਇੱਥੇ ਸੀਗੇ ਸੰਜੋਗ ਜੋਰਾਵਰ ਸੀਗੇ ਤਾਂ ਉਹ ਸਾਰੀਆਂ ਚਿੱਠੀਆਂ ਚੋਂ ਇੱਕ ਫਿਰ ਜਿਹੜੀ ਪਿਆਰੀ ਚਿੱਠੀ ਸੀ ਉਹ ਫਾਈਨਲ ਹੋਈ ਜੀ ਤੇ ਉਹ ਫਾਈਨਲ ਹੋ ਕੇ ਅਸੀਂ 1996 27 ਜਨਵਰੀ ਨੂੰ ਸਾਡਾ ਵਿਆਹ ਹੋਇਆ ਹਾਂਜੀ ਔਰ ਵਾਈ ਗਰੂ ਦੀ ਮੇਰਾ ਇਨਸ਼ਾਅੱਲਾ ਤੇ ਬਹੁਤ ਜ਼ਿਆਦਾ ਜਿਹਨੂੰ ਕਹਿ ਲਈਏ ਮੈਂ ਬਹੁਤ ਇਸ ਚੀਜ਼ ਨੂੰ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਉਹਨਾਂ ਦਿਨਾਂ 'ਚ ਮੇਰਾ ਵਿਆਹ ਹੋਇਆ ਔਰ ਮੇਰੀ ਜੋ ਜੀਵਨ ਸਾਥਣਾ ਬਿਲਕੁਲ ਮੈਂ ਬੇਚ ਜਿਹਾ ਹਰ ਇੱਕ ਥਾਂ ਤੇ ਕਹਿਣਾ ਹੁੰਦਾ ਕਿ ਹਰ ਇੱਕ ਨੂੰ ਰੱਬ ਇਹੋ ਜੀ ਜੀਵਨ ਸਾਥਣ ਦਵੇ ਨਹੀਂ ਇਹ ਦੇਖੋ ਮੈਨੂੰ ਲੱਗਦਾ ਵੀ ਬੰਦਿਆਂ ਲਈ ਇੱਕ ਸਪੈਕਟੈਂਸ ਬਹੁਤ ਔਖੀ ਹੁੰਦੀ ਆ ਵੀ ਇਹ ਜੀਵਨ ਬੀਤ ਨਹੀਂ ਕਰਨਾ ਬਿਲਕੁਲ ਤੁਸੀਂ ਮੈਮ ਜਦੋਂ ਜਿਵੇਂ ਪਾਜੀ ਨੇ ਕਿਹਾ ਵੀ ਸਭ ਤੋਂ ਪਿਆਰੀ ਜਿਹੜੀ ਚਿੱਠੀ ਸੀ ਹਨਾ ਜਦੋਂ ਤੁਸੀਂ ਇਹਨਾਂ ਬਾਰੇ ਕਲਾਸੀਫਾਈਡ ਪੜਿਆ ਹੋਣਾ ਤੁਹਾਨੂੰ ਕਿਵੇਂ ਲੱਗਿਆ ਸੀ ਕਿਵੇਂ ਇਹਨਾਂ ਤੱਕ ਅਪਰੋਚ ਕੀਤੀ ਫਿਰ ਦੇਖੋ ਉਹੀ ਗੱਲ ਹੈ ਵੀ ਸਾਡਾ ਕਲਚਰ ਜਿਹੜੀ ਉਹ ਹਾਲਾਂਕਿ ਨੋ ਡਾਊਟ ਅਸੀਂ ਮੈਂ ਕਾਲਜ ਮਤਲਬ ਯੂਨੀਵਰਸਿਟੀ ਚ ਪੜ ਰਹੀ ਸੀ ਹੌਸਟਲ ਚ ਵੀ ਰਹਿ ਰਹੀ ਸੀ ਪਰ ਜਿਵੇਂ ਸਾਡੀ ਇੱਕ ਪੰਜਾਬੀਅਤ ਦਾ ਕਹਿ ਲਓ ਜਾਂ ਇੰਡੀਅਨ ਕਲਚਰ ਜੋ ਵੀ ਹੈ ਵੀ ਪੇਰੈਂਟਸ ਆਪਣੇ ਇਸ ਚੀਜ਼ ਨੂੰ ਫਾਈਨਲ ਕਰਦੇ ਆ ਸੋ ਮੇਰੇ ਲਈ ਤਾਂ ਇੰਨਾ ਕੀ ਹੈ ਕਿ ਮੈਂ ਘਰ ਜਦੋਂ ਗਈ ਤਾਂ ਮੇਰੇ ਫਾਦਰ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਅਸੀਂ ਜਿਹੜਾ ਹੈ ਅਖਬਾਰ ਦੇ ਵਿੱਚ ਇਹ ਦੇਖਿਆ ਹੈ ਤਾਂ ਤੇ ਉਹਦੇ ਵਿੱਚੋਂ ਆ ਚੀਜ਼ਾਂ ਸੀ ਆ ਜੋ ਵੀ ਐ ਫਾਈਨਲ ਕੀਤਾ ਇਹ ਉਹ ਮੈਂ ਉਸ ਚੀਜ਼ ਨੂੰ ਟੂ ਬੀ ਵੈਰੀ ਫਰੈਂਕ ਕੋਈ ਮੈਨੂੰ ਐ ਨਹੀਂ ਸੀ ਵੀ ਹਾਂ ਉਹਨਾਂ ਨੇ ਕਿਹੜਾ ਦੇਖ ਲਿਆ ਜਾਂ ਕਿਵੇਂ ਹੈ ਉਹ ਕਹਿੰਦੇ ਅਸੀਂ ਇਸ ਗੱਲ ਨੂੰ ਆਪਣੇ ਹਿਸਾਬ ਨਾਲ ਕੰਟੀਨਿਊ ਕਰਨ ਲੱਗੇ ਆ ਇਹ ਉਹ ਤਾਂ ਮੈਂ ਉਹਨੂੰ ਐਕਸੈਪਟ ਕੀਤਾ ਉਹਨਾਂ ਨੇ ਕੰਟੀਨਿਊ ਕੀਤਾ ਇਸ ਚੀਜ਼ ਨੂੰ ਸਾਰਾ ਤੇ ਫਰਸਟ ਟਾਈਮ ਜਦੋਂ ਵੀ ਸਾਡਾ ਇੱਕ ਕੈਲੋ ਵੀ ਸਮਾਸੀ ਜਦੋਂ ਸਾਨੂੰ ਪਹਿਲਾਂ ਸਭ ਤੋਂ ਪਹਿਲੇ ਟਾਈਮ ਮਿਲਣ ਦਾ ਇਸ ਚੀਜ਼ ਬਾਰੇ ਮੌਕਾ ਮਿਲਿਆ ਤੇ ਉਦੋਂ ਹੀ ਮੈਂ ਜਦੋਂ ਇਹਨਾਂ ਦੇ ਬਾਰੇ ਚਲੋ ਪਤਾ ਤਾਂ ਮੈਨੂੰ ਲੱਗ ਗਿਆ ਸੀਗਾ ਵੀ ਕੀ ਹੈ ਕੁਆਲੀਫਿਕੇਸ਼ਨ ਜੋ ਵੀ ਆਪਣੇ ਪੇਰੈਂਟਸ ਆਪਾਂ ਨੂੰ ਦੱਸਦੇ ਆ ਪਰ ਉਸ ਚੀਜ਼ ਨੂੰ ਮੈਂ ਬਸ ਇੰਨਾ ਹੀ ਕੰਸੀਡਰ ਕੀਤਾ ਵੀ ਮੇਰੇ ਪੇਰੈਂਟਸ ਨੇ ਮੇਰੇ ਲਈ ਇਹ ਚੀਜ਼ 파ਟਨਰ ਦੇਖ ਰਹੇ ਨੇ ਆਏ ਆ ਤਾਂ ਮੈਂ ਉਹਨੂੰ ਐਕਸੈਪਟ ਕਰਦੇ ਹੋਏ ਹੀ ਇਹਨੂੰ ਅੱਗੇ ਕੰਟੀਨਿਊ ਕੀਤਾ ਹਾਂ ਪਰ ਹੁਣ ਮੈਨੂੰ ਇਹੀ ਲੱਗਦਾ ਜਿਵੇਂ ਕਿ ਚਲੋ ਇਹਨਾਂ ਦੀ ਮੈਂ ਫੀਲਿੰਗ ਤੁਹਾਡੀ ਗੱਲ ਉਹ ਸਹੀ ਹੈ ਵੀ ਮੇਲਸ ਦੇ ਲਈ ਐਕਸੈਪਟ ਕਰਨਾ ਬਹੁਤ ਔਖਾ ਹੈ ਲੇਡੀਜ਼ ਮੋਸਟਲੀ ਸ਼ਾਇਦ ਕਰਦੀਆਂ ਨੇ ਜਾਂ ਕਰਦੀਆਂ ਹੋਣਗੀਆਂ ਵੀ ਸਾਰੀਆਂ ਹੀ ਮੋਸਟਲੀ ਤਾਂ ਪਰ ਮੈਨੂੰ ਇਹ ਲੱਗ ਰਿਹਾ ਵੀ ਚਾਹੇ ਮੈਂ ਇਹ ਕਹਿ ਦਵਾਂ ਵੀ ਮੇਰੀ ਕਿਸਮਤ ਸੰਜੋਗ ਪਰਮਾਤਮਾ ਤੇ ਉਸ ਤੋਂ ਬਾਅਦ ਉਹੀ ਹੈ ਵੀ ਮੇਰੇ ਫਾਦਰ ਜੀ ਨੇ ਇਸ ਟਾਈਪ ਦਾ ਰਿਸ਼ਤਾ ਮੇਰੇ ਲਈ ਲੱਭਿਆ ਤੇ ਸਾਡਾ ਇਹ ਜਿਹੜਾ ਜੋੜ ਬਣਿਆ ਤੇ ਜਿਹਦੇ ਲਈ ਮੈਂ ਲਾਈਫ ਲਈ ਜਿਹਨੂੰ ਕਹ ਲਿਆ ਵੀ ਥੈਂਕਫੁਲ ਹਾਂ ਇੰਨਾ ਚੀਜ਼ਾਂ ਲਈ ਦੇਖੋ ਸੰਯੋਗ ਹੋ ਗਏ ਪਰਮਾਤਮਾ ਤੇ ਉਸ ਤੋਂ ਬਾਅਦ ਨਾਲ ਮੇਰੇ ਫਾਦਰ ਵੀ ਜਿਨ੍ਹਾਂ ਨੇ ਇਸ ਚੀਜ਼ ਨੂੰ ਦੇਖਿਆ ਤੇ ਮੇਰੇ ਲਈ ਕੀਤਾ ਕਿਉਂਕਿ ਉਹਨਾਂ ਨੇ ਹੀ ਸਭ ਤੋਂ ਪਹਿਲੀ ਵਾਰ ਮੈਨੂੰ ਇਹ ਕਿਹਾ ਸੀ ਵੀ ਇਹ ਚੀਜ਼ ਮੈਨੂੰ ਲੱਗ ਰਿਹਾ ਵੀ ਤੇਰੇ ਲਈ ਮੈਚ ਬਹੁਤ ਵਧੀਆ ਰਹੂਗਾ ਤੇ ਜਦੋਂ ਵੀ ਮੈਨੂੰ ਪਹਿਲੀ ਵਾਰ ਮੈਂ ਇਹਨਾਂ ਨੂੰ ਮਿਲੀ ਜਾਂ ਜੋ ਵੀ ਆ ਤਾਂ ਮੈਨੂੰ ਲੱਗਿਆ ਉਦੋਂ ਵੀ ਮੈਨੂੰ ਆਈਡਲੀ ਲੱਗ ਗਿਆ ਸੀ ਵੀ ਹਾਂ ਇਹ ਚੀਜ਼ ਸਾਡੇ ਲਈ ਪਰਫੈਕਸ਼ਨ ਹੈ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਸੋਸਾਇਟੀ ਦੇ ਵਿੱਚ ਸੁਣਨ 'ਚ ਵੀ ਮਿਲਦਾ ਤਾਂ ਲੋਕ ਜਿਹੜਾ ਇੱਕ ਰਿਸ਼ਤਾ ਜਦੋਂ ਸ਼ੁਰੂ ਹੁੰਦਾ ਉਹਨੂੰ ਬੜੇ ਅਲੱਗ ਵੇ ਦੇ ਨਾਲ ਲੈ ਕੇ ਜਾਂਦੇ ਆ ਵੀ ਪਤਾ ਨਹੀਂ ਆ ਪੁੱਛਣਾ ਹੀ ਇਹ ਉਹ ਸਾਡਾ ਇੱਕ ਜਦੋਂ ਕਹਿ ਲਓ ਵੀ ਅਸੀਂ ਮਿਲੇ ਫਰਸਟ ਟਾਈਮ ਜਾਂ ਜਦੋਂ ਵੀ ਸਾਡਾ ਇਸ ਚੀਜ਼ ਬਾਰੇ ਮੇਲ ਹੋਇਆ ਜਾਂ ਫਰਸਟ ਟਾਈਮ ਸਾਡੇ ਫੈਮਿਲੀਜ਼ ਵੀ ਨਾਲ ਸੀ ਤਾਂ ਅਸੀਂ ਉਹਨੂੰ ਕੋਈ ਸਾਡੇ ਉਸ ਨੂੰ ਐਵੇਂ ਨਹੀਂ ਚੱਲਿਆ ਗਿਆ ਵੀ ਆ ਪੁੱਛਣਾ ਹੀ ਆ ਇਹ ਹੈ ਬੜਾ ਇੱਕ ਸਿੰਪਲ ਸਾਦਾ ਇਹ ਸੀ ਵੀ ਹਾਂ ਜੀ ਅਸੀਂ ਆਪਸ ਸਾਡਾ ਇਹ ਜਿਹੜਾ ਮੇਲ ਹੋ ਰਿਹਾ ਤਾ ਇੱਕ ਉਹ ਪੈਨ ਨੂੰ ਕਹ ਲਿਓ ਵੀ ਅਸੀਂ ਇੱਕ ਉਸ ਚੀਜ਼ ਨੂੰ ਐਕਸੈਪਟ ਕਰਕੇ ਹੀ ਚੱਲੇ ਸਾਨੂੰ ਕੋਈ ਐ ਨਹੀਂ ਸੀ ਵੀ ਅਸੀਂ ਬਹੁਤ ਇੱਕ ਦੂਜੇ ਨੂੰ ਕੁਝ ਪੁੱਛਿਆ ਜਾਂ ਕਿਸੇ ਬਾਰੇ ਅਸੀਂ ਕੋਖਣ ਦੀ ਕੋਈ ਕੋਸ਼ਿਸ਼ ਕੀਤੀ ਇਹੋ ਜਿਹਾ ਸਾਡਾ ਕੋਈ ਹੋਇਆ ਨਹੀਂ ਸਾਡੇ ਨਾਲ ਇੱਕ ਸਿੰਪਲ ਵੇ ਦੇ ਨਾਲ ਹੀ ਕੱਲੋ ਇਹ ਚੱਲ ਪਿਆ ਸਿਸਟਮ